ਪਸ਼ੂ ਪਾਲਣ ਪ੍ਰਬੰਧ ਦਾ ਮਤਲਬ ਹੈ ਕਿ ਅਸੀਂ ਪਸ਼ੂ ਦੀ ਰੱਖਿਆ ਇਸ ਤਰੀਕੇ ਨਾਲ ਕਰਨੀ ਹੈ ਕਿ ਉਸਨੂੰ ਬਿਮਾਰੀ ਨਾ ਲੱਗੇ। ਤਾਂ ਸਭ ਤੋਂ ਵੱਡੀ ਪ੍ਰੋਬਲਮ ਤਾਂ ਪੰਜਾਬ ਦੇ ਵਿੱਚ ਇਹ ਹੈ ਕਿ ਜਿੰਨੇ ਵੀ ਆਪਣੇ ਫਾਰਮਰ ਨੇ ਉਹਨਾਂ ਦਾ ਜਿਹੜਾ ਸ਼ੈੱਡ ਬਣਾਉਣ ਦਾ ਤਰੀਕਾ ਉਹ ਬਿਲਕੁਲ ਗਲਤ। ਅਸੀਂ ਕਹਿੰਦੇ ਹਾਂ ਕਿ ਜੋ ਸ਼ੈੱਡ ਬਣਨਾ ਉਹ ਇਸ ਤਰੀਕੇ ਨਾਲ ਬਣੇ ਵੀ ਗਰਮੀਆਂ ਹੋਣ ਭਾਵੇਂ ਸਰਦੀਆਂ, ਦੋਵਾਂ ਦੇ ਵਿੱਚ ਪਸ਼ੂਆਂ ਨੂੰ ਫਾਇਦਾ ਹੋਵੇ। ਭਾਵੇਂ ਸੂਰ ਪਾਲਣ ਹੈ, ਮੁਰਗੀ ਪਾਲਣ ਹੈ, ਅਤੇ ਭਾਵੇਂ ਤੁਸੀਂ ਦੁਧਾਰੂ ਪਸ਼ੂ ਪਾਲਦੇ, ਕੋਈ ਵੀ ਪਸ਼ੂ ਪਾਲ ਰਹੇ, ਭਾਵੇਂ ਬੱਕਰੀ ਪਾਲਣ ਹੈ, ਅਤੇ ਉਹਦੇ ਵਿੱਚ ਸ਼ੈੱਡ ਦਾ ਦਿਸ਼ਾ ਕੀ ਹੈ, ਉਹਨੂੰ ਕਿਸ ਤਰੀਕੇ ਨਾਲ ਬਣਾਇਆ, ਉਹਦੇ ਉੱਤੇ ਬਹੁਤ ਜ਼ਿਆਦਾ ਨਿਰਭਰ ਕਰਦਾ। ਅਸੀਂ ਆਪ ਵੀ ਦੇਖਦੇ ਹਾਂ ਸਾਡਾ ਕੀ ਜਦੋਂ ਅਸੀਂ ਆਪਦਾ ਘਰ ਪਾਉਂਦੇ ਹਾਂ ਅਸੀਂ ਆਪਦੀ ਸੁੱਖ ਸਹੂਲਤ ਦੇਖਦੇ ਹਾਂ ਕਿ ਛੱਤ ਦੇ ਉੱਪਰ ਇੱਕ ਛੱਤ ਹੋਵੇ ਤਾਂ ਸਾਨੂੰ ਠੰਡ ਘੱਟ ਲੱਗੇਗੀ। ਅਸੀਂ ਬੂਹੇ ਬਾਰੀਆਂ ਚੜ੍ਹਦੇ ਵੱਲ ਅਸੀਂ ਆਪਦਾ ਘਰ ਮਕਾਨ ਬਣਾਉਂਦੇ ਹਾਂ ਵੀ ਚੜ੍ਹਦੇ ਵੱਲ। ਇਸੇ ਤਰੀਕੇ ਨਾਲ ਪਸ਼ੂਆਂ ਨੂੰ ਕੀ ਚਾਹੀਦਾ ਸਾਨੂੰ ਇਹ ਸੋਚਣਾ ਚਾਹੀਦਾ। ਅਸੀਂ ਦੇਖਦੇ ਹਾਂ ਕਿਸੇ ਵੀ ਪਾਸੇ ਅਸੀਂ ਉਸਦੀ ਦਿਸ਼ਾ ਬਣਾਉਂਦੇ। ਤੋ ਤੁਸੀਂ ਜਿੰਨੇ ਵੀ ਸਾਡੇ ਫਾਰਮ ਦੇਖੋਗੇ ਤੋ ਉਹਨਾਂ ਦੀ ਜਿਹੜੀ ਦਿਸ਼ਾ ਹੈ ਈਸਟ ਟੂ ਵੈਸਟ, ਮਤਲਬ ਪੂਰਬ ਤੋਂ ਲੈ ਕੇ ਪੱਛਮ ਤੋਂ। ਸੋ ਇਸਦਾ ਕਾਰਨ ਕੀ ਹੈ? ਇਸਦਾ ਕਾਰਨ ਇਹ ਹੈ ਕਿ ਗਰਮੀਆਂ ਹੁਣ ਸਰਦੀਆਂ ਹੋਣ, ਸੋ ਗਰਮੀਆਂ ਦੇ ਵਿੱਚ ਤਾਂ ਇਹ ਹੈ ਕਿ ਸੂਰਜ ਦੀ ਰੋਸ਼ਨੀ ਘੱਟ ਪੈਂਦੀ ਹੈ ਸ਼ੈੱਡ ਦੇ, ਅਤੇ ਇਸੇ ਤਰੀਕੇ ਨਾਲ ਹੀ ਅਤੇ ਸਰਦੀਆਂ ਦੇ ਵਿੱਚ ਸਾਨੂੰ ਪਤਾ ਉਹਦਾ ਡਾਇਰੈਕਸ਼ਨ ਬਦਲ ਜਾਂਦਾ ਸੂਰਜ ਦਾ। ਅਸੀਂ ਗਰਮੀਆਂ 'ਚ ਦੇਖਦੇ ਹਾਂ ਸਾਨੂੰ ਸੂਰਜ ਉੱਪਰ ਦਿਖਦਾ, ਸਰਦੀਆਂ 'ਚ ਉੱਪਰ ਦੇਖਾਂਗੇ ਸਾਨੂੰ ਸੂਰਜ ਨਹੀਂ ਲੱਭੇਗਾ, ਸੂਰਜ ਪੱਛਮ ਵੱਲ ਦੀ ਹੋ ਕੇ ਜਾਂਦਾ। ਸੋ ਇਸ ਤਰ੍ਹਾਂ ਇਸੇ ਕਰਕੇ ਅਸੀਂ ਕਹਿੰਦੇ ਹਾਂ ਕਿ ਜਿਹੜੀ ਲੰਬਾਈ ਹੈ ਉਸਦੀ ਪੂਰਬ ਤੋਂ ਲੈ ਕੇ ਪੱਛਮ ਵੱਲ ਦੀ ਹੋਣੀ ਚਾਹੀਦੀ ਹੈ, ਕਿਉਂਕਿ ਉਹ ਦੱਖਣ ਵੱਲ ਦੀ ਹੋ ਕੇ ਜਾਂਦਾ ਤਾਂ ਕਿ ਜਦੋਂ ਉਹ ਜਾਂਦਾ ਸਰਦੀਆਂ ਦੇ ਵਿੱਚ ਸਾਰੇ ਸ਼ੈੱਡ, ਹਾਂ, ਅਤੇ ਸਾਰੇ ਸ਼ੈੱਡ ਦੇ ਵਿੱਚ ਉਸਦੀ ਸੁੱਕ ਜਾਏ। ਸੋ ਦੂਜੀ ਚੀਜ਼ ਅਸੀਂ ਸ਼ੈੱਡ ਦੇ ਵਿੱਚ ਕੀ ਕਰਨੀ ਹੈ, ਅਸੀਂ ਉੱਪਰ ਦੇਖ ਸਕਦੇ ਹਾਂ ਅਤੇ ਉੱਥੇ ਅਸੀਂ ਬਬਲ ਸ਼ੀਟ ਲਗਾਈ ਹੋਈ ਹੈ। ਸੋ ਜ਼ਿਆਦਾਤਰ ਫਾਰਮਰ ਨੂੰ ਇਹ ਹੁੰਦਾ ਕਿ ਸ਼ੈੱਡ ਵੀ ਬਣ ਜਾਵੇ ਅਤੇ ਜ਼ਿਆਦਾ ਖਰਚਾ ਵੀ ਨਾ ਆਵੇ। ਸੋ ਅੱਜ ਕੱਲ੍ਹ ਮਾਰਕੀਟ ਦੇ ਵਿੱਚ ਕਾਫੀ ਚੀਜ਼ਾਂ ਉਪਲਬਧ ਨੇ ਜਿਹਨੂੰ ਅਸੀਂ ਤਾਪਰੋਧਕ ਸ਼ੀਟਾਂ ਕਹਿੰਦੇ ਹਾਂ, ਪੋਲੀਪ੍ਰੋਪਲੀਨ, ਥਰਮੋਕੋਲ ਵਰਗੀਆਂ ਹੁੰਦੀਆਂ ਨੇ, ਪਰ ਉਹ ਮਹਿੰਗੀਆਂ ਬਹੁਤ ਪੈਂਦੀਆਂ, 250 ਰੁਪਏ ਸਕੇਅਰ ਫੁੱਟ ਦੇ, ਅਤੇ ਬੰਦੇ ਕੋਲ ਇੰਨਾ ਪੈਸਾ ਨਹੀਂ ਹੁੰਦਾ। ਸੋ ਉਸਦਾ ਹੱਲ ਇਹੀ ਹੈ ਕਿ ਸਿੰਪਲ ਚਾਦਰ ਲਓ ਅਤੇ ਉਹਦੇ ਥੱਲੇ ਬਬਲ ਸ਼ੀਟ ਲਗਾਓ। ਸੋ ਬਬਲ ਸ਼ੀਟ ਦੇ ਵਿੱਚ ਕੀ ਉਹਦੇ 'ਚ ਹਵਾ ਭਰੀ ਹੁੰਦੀ ਹੈ, ਸੋ ਹਵਾ ਭਰੀ ਹੋਣ ਕਰਕੇ ਗਰਮੀ ਅਤੇ ਠੰਡ ਨਾ ਮਤਲਬ ਤਾਪਮਾਨ ਆਰ ਪਾਰ ਨਹੀਂ ਹੁੰਦਾ ਹੈਗਾ। ਸੋ ਬਬਲ ਸ਼ੀਟ ਹੁੰਦੀ ਕੀ ਹੈ? ਬਬਲ ਸ਼ੀਟ ਜਦੋਂ ਅਸੀਂ ਘਰ ਕੋਈ ਫਰਿੱਜ ਲੈ ਕੇ ਆਉਂਦੇ ਹਾਂ, ਕੋਈ ਸੀ ਟੀਵੀ ਲੈ ਕੇ ਆਉਂਦੇ ਹਾਂ, ਤਾਂ ਉਹਨੂੰ ਇੱਕ ਖਾਸ ਤਰ੍ਹਾਂ ਦੇ ਮੋਮ ਜਾਮੇ ਨਾਲ ਲਪੇਟਿਆ ਜਾਂਦਾ, ਪੈਕਿੰਗ, ਹਾਂ, ਤੋ ਬੱਚੇ ਪਟਾਕੇ ਪਾਉਂਦੇ ਨੇ, ਸੇਮ ਚੀਜ਼ ਹੈ ਉਹਦੀ, ਬਸ ਕੁਆਲਿਟੀ ਸੁਧਾਰੀ ਹੋਈ ਹੈ। ਤੋ ਉਹ ਅਸੀਂ ਦੇਖੋ ਅਸੀਂ ਉੱਪਰ ਲਾਈ ਹੋਈ, ਸੋ ਇੰਨਾ ਹੀ ਕਰ ਲਉਂਗੇ ਤਾਂ 4 ਤੋਂ 5 ਡਿਗਰੀ ਦਾ ਫਰਕ ਪੈ ਜੂਗਾ, ਭਾਵੇਂ ਗਰਮੀਆਂ ਨੇ। ਸੋ ਇਹ ਤੁਸੀਂ ਦੋ ਚੀਜ਼ਾਂ ਕਰ ਲਉਂਗੇ ਤਾਂ ਇਹਦੇ ਨਾਲ ਹੀ। ਪਰਾਲੀ ਵੀ ਦੇਖਿਆ ਵੀ, ਪਰਾਲੀ ਦਾ ਵੀ ਬੜਾ ਇਸਤੇਮਾਲ ਹੁੰਦਾ ਹੈ, ਕਿਉਂਕਿ ਆ ਪਰਾਲੀ ਆਮ ਘਰਾਂ ਦੇ ਵਿੱਚ ਉਪਲਬਧ ਹੁੰਦੀ ਹੈ, ਲੋਕ ਜਿਹੜੀ ਆ ਵੇਸਟੇਜ ਹੀ ਮੰਨਦੇ ਆ ਪਰਾਲੀ ਨੂੰ, ਉਸਦਾ ਵੀ ਇਸਤੇਮਾਲ ਕਰਕੇ ਪਸ਼ੂ। ਦੇਖੋ ਜੀ, ਸਾਡਾ ਜਿਹੜਾ ਸੂਬਾ ਪੰਜਾਬ ਖੇਤੀ ਵਾਲਾ ਸੂਬਾ, ਬਹੁਤ ਖੇਤੀ ਹੁੰਦੀ ਹੈ ਜ਼ਮੀਨ ਨਾਲ, ਅਤੇ ਪਰ ਜਦੋਂ ਪਰਾਲੀ ਨੂੰ ਸ਼ਰਾਬ ਸਮਝਦੇ ਨੇ, ਯਾਰ ਹੁਣ ਪਰਾਲੀ ਦਾ ਕਰੀਏ, ਸਾੜਦੇ ਆਉਂਦੇ ਪੋਲਿਊਸ਼ਨ, ਅਤੇ ਸਾਡੀ ਯੂਨੀਵਰਸਿਟੀ ਹੈ, ਪੰਜਾਬ ਗੌਰਮੈਂਟ ਹੈ ਜਾਂ ਸੈਂਟਰਲ ਗੌਰਮੈਂਟ ਹੈ, ਉਹਨਾਂ ਨੇ ਇਸ ਤਰੀਕੇ ਨਾਲ ਸਕੀਮਾਂ ਬਣਾਈਆਂ ਹੋਈਆਂ, ਮਤਲਬ ਉਹਨਾਂ ਦਾ ਜ਼ੋਰ ਇਹ ਹੈ ਕਿ ਪਰਾਲੀ ਦਾ ਪ੍ਰਬੰਧ। ਤਾਂ ਇਸੇ ਕਰਕੇ ਸਾਡਾ ਵੀ ਪੂਰਾ ਜ਼ੋਰ ਲੱਗਿਆ ਹੋਇਆ ਵੀ ਕਿਸੇ ਤਰੀਕੇ ਨਾਲ ਪਰਾਲੀ ਦਾ ਪਰਾਲੀ ਸਾਡੇ ਵਾਸਤੇ ਵਰਦਾਨ ਹੈ। ਗਰਮੀ ਜੇ ਕਿਸੇ ਤੋਂ ਬਬਲ ਸ਼ੀਟ ਵੀ ਨਹੀਂ ਪਈ ਹੈਗੀ, ਭਾਵੇਂ ਸਰਦੀਆਂ ਭਾਵੇਂ ਗਰਮੀਆਂ, ਛੱਤ ਦੇ ਉੱਪਰ ਪਰਾਲੀ ਪਾ ਦਿਓ,
ਉਹਦੇ ਨਾਲ ਕਾਫੀ ਫਰਕ ਪਏਗਾ। ਤੁਸੀਂ ਅਸੀਂ ਦੇਖਿਆ ਹੋਊਗਾ ਅਸੀਂ ਜਿਹੜੇ ਸਾਡੇ ਇੱਥੇ ਸੂਰ ਰੱਖੇ ਹੋਏ ਨੇ ਭਾਵੇਂ ਦੁਧਾਰੂ ਪਸ਼ੂ ਰੱਖੇ ਹੋਏ ਨੇ ਉਹਨਾਂ ਦੇ ਥੱਲੇ ਅਸੀਂ ਪਰਾਲੀ ਨੂੰ ਵਿਛਾਉਣੀ ਦੇ ਤੌਰ 'ਤੇ ਅਸੀਂ ਵਰਤੋਂ ਖਾਸ ਕਰਕੇ ਸਰਦੀਆਂ ਦੇ ਵਿੱਚ ਇਸਦਾ ਬਹੁਤ ਫਾਇਦਾ। ਠੀਕ ਹੈ, ਜਿੱਦਾਂ ਸਾਡੇ ਕੋਲ ਬੱਕਰੀ ਫਾਰਮ ਵੀ ਆ, ਸਾਡੇ ਜਿਹੜੇ ਆ ਬਲੋਕ ਬਣੇ ਹੋਏ ਨੇ, ਠੀਕ ਹੈ, ਇਹ ਕੰਧ ਦਾ ਕੰਮ ਕਰਦਾ, ਹਵਾ ਨੂੰ ਰੋਕਦਾ। ਸੋ ਪਰਾਲੀ ਜੇ ਜੋ ਅਸੀਂ ਥੱਲੇ ਵਿਛਾਉਂਦੇ ਹਾਂ ਉਹ ਠੰਡ ਤਾਂ ਰੋਕਦੀ ਹੀ ਰੋਕਦੀ ਹੈ, ਉਹ ਜਗ੍ਹਾ ਨੂੰ ਵੀ ਪੋਲਾ ਕਰਦਾ। ਅੱਛਾ, ਜੇਕਰ ਆਰਫ ਸਾਹਿਬ ਜਿੱਦਾਂ ਅਸੀਂ ਦੇਖਿਆ ਵੀ ਸਰਦੀਆਂ ਜਦੋਂ ਜ਼ਿਆਦਾ ਠੰਡ ਹੋ ਜਾਂਦੀ ਹੈ ਜਾਂ ਕੋਹਰਾ ਪੈਣਾ ਸ਼ੁਰੂ ਹੋ ਜਾਂਦਾ, ਸੋ ਜਿਹੜੀ ਇਹਨਾਂ ਜਾਨਵਰਾਂ ਦੀ ਪ੍ਰੋਡਕਸ਼ਨ ਹੈਗੀ ਹੈ, ਕਹਿੰਦੇ ਜਿਹੜੀ ਦੁੱਧ ਦੀ ਪ੍ਰੋਡਕਸ਼ਨ ਆ ਜਾਂ ਫਿਰ ਜਿਹੜੀ ਕੋਹਰਾ ਦੀ, ਉਹਦੇ 'ਤੇ ਵੀ ਕੋਈ ਅਸਰ ਹੁੰਦਾ ਕਿ ਬਿਮਾਰੀਆਂ ਦੀ? ਹਾਂਜੀ, ਵੈਸੇ ਤਾਂ ਗਰਮੀਆਂ ਦੇ ਵਿੱਚ ਜ਼ਿਆਦਾ ਅਸਰ, ਆਪਾਂ ਕਹਿੰਦੇ ਹਾਂ ਕਿ ਉਹ ਗਰਮੀਆਂ ਦੇ ਵਿੱਚ ਦੁੱਧ ਘੱਟ ਗਿਆ, ਠੀਕ ਹੈ ਨਾ। ਸਰਦੀਆਂ ਦੇ ਵਿੱਚ ਵੀ ਅਸਰ ਹੁੰਦਾ ਪਰ ਗਰਮੀਆਂ ਦੇ ਮੁਕਾਬਲੇ ਘੱਟ ਹੁੰਦਾ, ਕਿਉਂਕਿ ਜਿਹੜੀਆਂ ਅਸੀਂ ਜਿਹੜੇ ਅਸੀਂ ਪਸ਼ੂ ਪਾਲਦੇ ਹਾਂ, ਜੇ ਅਸੀਂ ਮੱਝਾਂ ਗਾਵਾਂ ਦੀ ਗੱਲ ਕਰੀਏ, ਸੋਰੀ ਗਾਵਾਂ ਦੀ ਗੱਲ ਕਰੀਏ, ਤਾਂ ਇਹ ਸਾਡੇ ਕੋਲ ਸਾਰੀਆਂ ਜਿਹਨੂੰ ਆਪਾਂ ਅਮਰੀਕਨ ਨਸਲ ਦੀਆਂ ਗਾਵਾਂ ਕਹਿ ਦਿੰਦੇ ਹਾਂ ਉਹ ਨੇ। ਸੋ ਕਿਹੜੇ ਦੇਸ਼ ਤੋਂ ਆਈਆਂ ਨੇ ਉਹ? ਠੰਡੇ ਇਲਾਕੇ ਤੋਂ ਆਈਆਂ, ਸੋ ਉਹਨਾਂ ਨੂੰ ਠੰਡ ਇੰਨੀ ਜ਼ਿਆਦਾ ਮਹਿਸੂਸ ਨਹੀਂ ਹੁੰਦੀ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਠੰਡ ਦੇ ਇੰਤਜ਼ਾਮ ਨਹੀਂ ਕਰਦੇ। ਸੋ ਬਾਹਰਲੇ ਦੇਸ਼ ਦੇ ਵਿੱਚ ਠੰਡ ਪੈਂਦੀ ਹੈ, ਉਹਨਾਂ ਨੇ ਇਸ ਤਰੀਕੇ ਨਾਲ ਇੰਤਜ਼ਾਮ ਕੀਤੇ ਹੋਏ ਕਿ ਅਸੀਂ ਸ਼ੈੱਡ ਨੂੰ ਗਰਮ ਕਰਨ ਕਿਵੇਂ ਰੱਖਣਾ। ਸਾਡੇ ਸਰਦੀਆਂ ਦੇ ਵਿੱਚ, ਅੱਛਾ ਸਾਡੇ ਜ਼ਿਆਦਾਤਰ ਇੱਥੇ ਗਰਮੀ ਰਹਿੰਦੀ ਹੈ, ਅਸੀਂ ਇੰਤਜ਼ਾਮ ਐਂ ਕਰਦੇ ਹਾਂ ਕਿ ਸ਼ੈੱਡ ਨੂੰ ਠੰਡਾ ਕਿਵੇਂ ਰੱਖਣਾ। ਪਰ ਸਰਦੀਆਂ ਦੇ ਵਿੱਚ ਕੀ ਹੁੰਦਾ, ਸਰਦੀਆਂ ਦੇ ਵਿੱਚ ਪਾਰਾ ਜਿਹੜਾ ਤੁਸੀਂ ਦੇਖਿਆ ਹੋਊਗਾ, ਪਿਛਲੇ ਦਿਨ ਹੀ ਖ਼ਬਰ ਆਈ ਸੀਗੀ ਪੰਜਾਬ ਦਾ ਜਿਹੜਾ ਪਾਰਾ ਪਤਾ ਨਹੀਂ ਕਿਹੜੇ ਪਾਸੇ ਤਾਂ ਸ਼ਿਮਲੇ ਤੋਂ ਵੀ ਠੰਡਾ ਹੋ ਗਿਆ, ਠੀਕ ਹੈ, 0°, 4°C ਸਾਡਾ ਤਾਪਮਾਨ ਹੋ ਜਾਣਾ ਜਨਵਰੀ ਦੇ। ਇਸ ਮੌਸਮ ਦੇ ਵਿੱਚ ਤਾਂ ਬਿਲਕੁਲ ਜ਼ਰੂਰਤ ਹੈ। ਮੈਂ ਤੁਹਾਨੂੰ ਕਿਹਾ ਸੀ ਪਰਾਲੀ ਵਿਛਾਉਣੀ ਬਹੁਤ ਜ਼ਰੂਰੀ ਹੈ, ਤੁਸੀਂ ਇੱਥੇ ਦੇਖਿਆ ਹੋਊਗਾ ਸ਼ੈੱਡ ਦੇ ਆਲੇ ਦੁਆਲੇ ਪੱਲੀਆਂ ਲਾਈਆਂ ਹੋਈਆਂ ਨੇ, ਠੀਕ ਹੈ ਨਾ। ਸੋ ਆਹ ਜਿਹੜਾ ਮੌਸਮ ਹੈ 10-15 ਦਿਨ ਹੈ, ਧੁੰਦ ਪੈਣੀ ਹੈ, ਪਤਾ ਵੀ ਧੁੱਪ ਨਿਕਲਣੀ ਨਹੀਂ ਹੈਗੀ, ਠੀਕ ਹੈ ਨਾ। ਹੁਣ ਅਸੀਂ ਪੱਲੀਆਂ ਫਿਕਸ ਕਰਦੇ ਹਾਂ ਅਤੇ ਕੁਛ ਦਿਨਾਂ ਬਾਅਦ ਜਦੋਂ ਧੁੱਪ ਨਿਕਲਣ ਲੱਗ ਜੂਗੀ ਰਾਤ ਨੂੰ ਪੱਲੀਆਂ ਥੱਲੇ ਕਰ ਦੇਣੀਆਂ ਨੇ, ਅਤੇ ਜਿਵੇਂ ਸੂਰਜ ਚੜੂਗਾ, ਠੀਕ ਹੈ, ਉਵੇਂ ਅਸੀਂ ਪੱਲੀਆਂ। ਦੇਖੋ ਇਹ ਤਾਂ ਤੁਹਾਡੇ ਸਾਂਭ ਸੰਭਾਲ ਦੇ ਉੱਪਰ ਹੈ, ਜੇ ਗਰਮੀਆਂ ਦੇ ਵਿੱਚ ਐਵੇਂ ਹੈ ਕਿ ਜਿੰਨੀ ਮਰਜ਼ੀ ਸੰਭਾਲ ਕਰ ਲਈਏ, ਪਰ ਫਿਰ ਵੀ ਗਰਮੀਆਂ ਦੇ ਵਿੱਚ ਐਵੇਂ ਹੈ ਕਿ ਜਿੰਨੀ ਮਰਜ਼ੀ ਸਾਂਭ ਸੰਭਾਲ ਕਰ ਲਈਏ ਫਰਕ ਜ਼ਿਆਦਾ, ਹਾਂ ਫਰਕ ਪੈਂਦਾ, ਪਰ ਜੇ ਅਸੀਂ ਸਹੀ ਤਰੀਕੇ ਨਾਲ ਪਸ਼ੂਆਂ ਨੂੰ ਰੱਖਾਂਗੇ ਤਾਂ ਫਰਕ ਥੋੜ੍ਹਾ ਘੱਟ ਜਾਂਦਾ। ਇਹ ਨਹੀਂ ਕਹਿ ਸਕਦੇ ਹਾਂ ਐਂ ਹੋ ਸਕਦਾ ਜੇ ਗਾਂ ਨੇ ਸਾਡੀ ਨੇ 20 ਲੀਟਰ ਦੁੱਧ ਦੇਣਾ ਸੀ ਉਹ 12 ਤੇ ਆ ਜੂ, ਜੇ ਸਾਂਭ ਸੰਭਾਲ ਬਿਲਕੁਲ ਹੀ ਨਹੀਂ ਕਰੋਗੇ ਉਹ 5 ਤੇ ਵੀ ਆ ਜੂ, ਠੀਕ ਹੈ ਨਾ। ਅਤੇ ਸਰਦੀਆਂ ਦੇ ਵਿੱਚ ਕਿੰਨਾ ਕੁ ਫਰਕ ਪੈਂਦਾ, ਜੇ ਤੁਹਾਡੀ ਗਾਂ 20 ਲੀਟਰ ਦੁੱਧ ਦਿੰਦੀ ਹੈ, ਠੰਡ ਜ਼ਿਆਦਾ ਲੱਗ ਗਈ ਉਹਨੂੰ ਤਾਂ ਉਹ 15 ਲੀਟਰ, ਜ਼ਿਆਦਾ ਫਰਕ ਨਹੀਂ ਪੈਂਦਾ, ਹਾਂ ਬਾਲਾ ਫਰਕ ਨਹੀਂ ਪੈਂਦਾ, ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ, ਠੀਕ ਹੈ। ਇੱਥੇ ਪ੍ਰੋਬਲਮ ਕੀ ਹੈ, ਦੇਖੋ ਸਭ ਤੋਂ ਵੱਡੀ ਪ੍ਰੋਬਲਮ ਅਸੀਂ ਠੰਡ, ਹੁਣ ਜਿੰਨੀਆਂ ਵੀ ਅਸੀਂ ਕਿਤਾਬਾਂ ਪੜ੍ਹਦੇ ਨੇ ਉਹਦੇ 'ਚ ਇਹੀ ਲਿਖਿਆ ਹੁੰਦਾ ਵੀ ਗਰਮੀ ਤੋਂ ਕਿਵੇਂ ਬਚਾਉਣਾ, ਠੰਡ ਤੋਂ ਅਸੀਂ ਬਚਾਉਂਦੇ ਨਹੀਂ ਹੈਗੇ। ਮੱਝਾਂ ਗਾਵਾਂ ਨੂੰ ਕੁਛ ਨਹੀਂ ਹੁੰਦਾ ਹੈਗਾ, ਉਹਦੇ ਪਰ ਉਹਦੇ ਬੱਚਿਆਂ ਨੂੰ ਜ਼ਰੂਰ ਹੁੰਦਾ, ਠੀਕ ਹੈ। ਹੁਣ ਜਿਹੜਾ ਸਾਡਾ ਪੰਜਾਬ ਸੂਬਾ ਹੈ, 50% ਦੇ ਕਰੀਬ ਸਾਡੇ ਕੋਲ ਮੱਝਾਂ ਨੇ, ਅਤੇ ਮੱਝਾਂ ਸੁੰਦੀਆਂ ਕਿਸ ਟਾਈਮ ਨੇ, ਉਹ ਸੁੰਦੀਆਂ ਨੇ ਅਕਤੂਬਰ ਤੋਂ ਲੈ ਕੇ ਮਾਰਚ ਦੇ ਵਿੱਚ, ਜਿਹੜੀਆਂ 70-80% ਮੱਝਾਂ ਨੇ ਉਹ ਇਹ ਠੰਡੇ ਮਹੀਨਿਆਂ ਦੇ ਵਿੱਚ ਸੁੰਦੀਆਂ ਨੇ, ਅਤੇ ਠੰਡ ਵੱਡਿਆਂ ਨੂੰ ਲੱਗੇ ਨਾ ਲੱਗੇ ਪਰ ਬੱਚੇ ਨੂੰ ਜ਼ਰੂਰ ਲੱਗੇਗੀ। ਸੋ ਜਿੰਨੇ ਵੀ ਆਪਣੇ ਕਟੜੂ ਵਛੜੂ ਜਿਹੜੇ ਮਰਦੇ ਨੇ, 80% ਜਿਹੜੀ ਮੌਤ ਆ ਨਮੂਨੀ ਕਰਦੇ ਨੇ,